स्वागत है किसान वीरो तुहाडा सिद्धक डेयरी फार्मिंग दे विच। किसान वीरो अज जिहड़ी वीडियो बना रहे हैं पिंड वाड़ा किशनपुरा श्री मुक्तसर साहब जिले का पिंड ते लास्ट पिंड है दोस्तों मुक्तसर जिले का दे नाल ही मड़ाक पिंड फरीदकोट च पै जांदा है। आस पास पिंडां दी गल करिए तां हरीके कलां सूरे आला मड़ाक मल्लण ये आस पास दे पिंड आ जिहड़े घर चों वीडियो बना रहे हैं। वीर दा शौक भी आ पशु पालन दा, पहला वीडियो बनाइया सी क्योंकि कुछ क टाइम महीना डेढ़ महीना वीर ने गावां दा व्यापार भी शुरू किया सी पर वो छेती क्लोज करता ही बंद करता ही क्योंकि मेन कारोबार खेतीबाड़ी दे नाल नाल शौकिया तौर पर पशु रखण दा। अज दी वीडियो च दोस्तों एक तां इह झोटी बकाऊ है इहदे बारे डिटेल पुछांगे, एक इधर सामने बरांडे दे विच तुहानूं कुछ क खेतीबाड़ी नाल संबंधित संद जां इह कह लो वी टूल दिसदे होणगे जिहड़े बाई जी उहनां ने वेचणे आ बिलकुल नवें आ खेतीबाड़ी छड्डी है। ਤੁਹਾਨੂੰ ਮੈਂ ਉਹ ਵੀ ਦਿਖਾ ਦੂੰਗਾ ਕਿਹੜੇ ਕਿਹੜੇ ਹੈਗੇ ਆ ਉਹਨਾਂ ਸੰਬੰਧੀ ਵੀ ਡਿਟੇਲ ਪੁੱਛ ਲਾਂਗੇ। ਮੇਨ ਵੀਡੀਓ ਇਸ ਝੋਟੀ ਦੀ ਆ, ਤੁਸੀਂ ਆ ਕੇ ਆਪਦੀ ਤਸੱਲੀ ਨਾ ਖਰੀਦ ਲਓ ਜੇ। ਆਓ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਅਦ 'ਚ ਇਹਨੂੰ ਤੋਰਾਂਗੇ। ਬਾਈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਵੀਰ? ਬਾਈ ਨਾਮ ਨਵਜੋਤ ਸਿੰਘ, ਪਿੰਡ ਵਾੜਾ ਕਿਸ਼ਨਪੁਰ। ਠੀਕ ਹੈ ਨਵਜੋਤ ਬਾਈ, ਵਪਾਰ ਫਿਰ ਥੋੜ੍ਹਾ ਚਿਰ ਹੀ ਕੀਤਾ ਸੀ? ਹਾਂ ਬਾਈ, ਉਹ ਇਕੱਲੇ ਆ ਫਿਰ ਨਹੀਂ ਕਰਦਾ, ਕਵਿਤਾ ਜੀ ਦੇ ਹੋਰ ਹੀ ਨਹੀਂ ਕੰਮ ਮੁੱਕਦੇ। ਅੱਛਾ, ਲੋਟ ਨਹੀਂ ਆਇਆ ਫਿਰ? ਹਾਂ। ਅੱਛਾ, ਇਹ ਜਿਹੜੀ ਅੱਜ ਝੋਟੀ ਵਿਕਾਊ ਕੀਤੀ ਹੈ ਘਰ ਦੀ ਹੈ ਜਾਂ ਆਪਣੀ? ਇਹ ਵੀ ਘਰ ਦੀ ਝੋਟੀ ਆ ਆਪਣੀ। ਠੀਕ ਹੈ, ਕਿਹਨਾਂ ਮਾਸੂ ਆ? ਇਹਨੇ ਪਹਿਲੇ ਸੂਏ ਸੂਣਾ ਵਾ, ਪਹਿਲੇ ਸੂਏ ਸੂਣਾ ਤੇ ਇਹਦੀ ਮਾਂ ਦਾ ਮਲਕਰ ਘਾਟ ਸੀਗਾ, ਉਹ 15-16 ਕਿਲੋ ਸੀਗਾ। ਠੀਕ ਹੈ। ਅੱਛਾ, ਇਹ ਤਾਂ ਪਤਾ ਕਿਹੜੇ ਝੋਟੇ ਦੀ ਇਹ? ਨਹੀਂ ਬਈ, ਐਵੇਂ ਮੈਂ ਕਹਿ ਦਿਆਂ ਵੀ ਸੀਮਾ ਨੂੰ ਕਰਾਇਆ, ਮੋਰਾ ਕਹਿ ਕੇ ਭਰਾਇਆ ਸੀਗਾ ਡਾਕਟਰ। ਠੀਕ ਹੈ, ਆਪਣੇ ਕੋਲ ਪ੍ਰੋਪਰ ਕਾਰਡ ਨਹੀਂ? ਪ੍ਰੋਪਰ ਕਾਰਡ ਨਹੀਂ ਗਾ। ਠੀਕ ਹੈ ਨਵਜੋਤ ਬਈ, ਉਮਰ ਅੰਦਾਜ਼ਾ ਜਾਂ ਦੰਦੋਂ ਦੇਖੀ ਹੋਵੇ ਕਿੰਨੇ ਦੰਦ? ਦੰਦੋਂ ਬਈ ਤਕਰੀਬਨ 4 ਦੰਦ ਆ ਜੇ। 4 ਦੰਦ ਹੋਊਗੀ, ਦੇਖੇ ਤਾਂ ਨਹੀਂ ਦੰਦ? ਨਹੀਂ, ਤੁਸੀਂ ਮੈਂ ਪੱਟ ਕੇ ਨਹੀਂ ਦੇਖੀ। ਠੀਕ ਹੈ, ਕਿੰਨੇ ਦਿਨ ਲਊ ਬਈ ਸੋਨ ਚ? ਇਹਦੇ 11 ਤਰੀਕ ਨੂੰ ਦਿਨ ਪੂਰੇ ਹੋਏ। 11 ਨੂੰ? ਹਾਂਜੀ। ਠੀਕ ਹੈ, ਦਿਨ ਤਾਂ ਫਿਰ ਅਜੇ ਇਹਦੇ 4-5 ਪਏ ਆ ਨਾ ਸੋਨ ਦੇ? 4-5 ਦਿਨ ਪਏ। ਹਾਂ ਠੀਕ ਹੈ, ਰੇਟ ਇਹਦਾ ਕੀ ਰੱਖਾਂਗੇ ਨਵਜੋਤ ਬਾਈ? 1,15,000 ਰੁਪਇਆ ਡਿਮਾਂਡ ਹੈ ਬਈ। 1,15,000? ਠੀਕ ਹੈ, ਖੋਲ ਲਈ ਬਈ। ਦੋਸਤੋ 1,15,000 ਡਿਮਾਂਡ ਹੈ। ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣਾ ਝੋਟੀ ਹਵਾਨਾ, ਇਹਦਾ ਬਹੁਤ ਸੋਹਣਾ ਫਿਕਸ ਜਿਹਾ ਆਰਡਰ ਰੱਖੂਗੀ ਇਹ, ਉਮੀਦ ਕੀਤੀ ਜਾ ਸਕਦੀ ਹੈ। ਸਿੰਗਾਂ ਦੀ ਕੁੰਡੀ ਹੈ, ਦਰਮਿਆਨੇ ਕੱਦ ਕਾਠ ਦੀ ਹੈ, ਉਮੀਦ ਇਹੀ ਹੈ ਵੀ ਇਹ 4 ਦੰਦ ਹੋਊਗੀ। ਥਣਾਂ 'ਚ ਵਿੱਥੀ ਸੋਹਣੀ ਦਿਖਾਉਂਦੀ ਹੈ, ਸਾਈਜ਼ ਵੀ ਥਣ ਦਾ ਚੰਗਾ। ਬਾਕੀ ਪਿੱਠ ਪੁੜੇ ਦੀ ਚੌੜੀ ਹੈ, ਖੁੱਲ੍ਹੀ ਹੈ, ਸਿੰਗ ਕੁੰਡੇ ਆ ਦੱਸੋ। ਬਾਕੀ ਤੋਰ ਰਿਹਾ ਵੀਰ ਤਾਂ ਤੁਸੀਂ ਇਹਨੂੰ ਜੱਜਮੈਂਟ ਇਹਦੀ ਕਰ ਸਕਦੇ ਹੋ। ਅਗਲੇ ਅਤੇ ਪਿਛਲੇ ਥਣਾਂ ਦੇ ਵਿੱਚ ਜਿਹੜੀ ਵਿੱਥੀ ਆ ਉਹ ਹਜੇ ਪੂਰੀ ਨਹੀਂ ਖੋਲ੍ਹੀ ਕਿਉਂਕਿ ਟਾਈਮ ਹਜੇ ਲੈਂਦੀ ਲੱਗਦੀ ਹੈ। ਪਿਛਾਂ ਹਵਾਨਾ ਚੰਗਾ ਬਣਾਈ ਬੈਠੀ ਹੈ, ਪਿੱਛੇ ਨੂੰ ਵੀ ਹਵਾਨਾ ਉੱਪਰ ਤੱਕ ਕਢਾ ਦੇ, ਗੇੜਾ ਹੋਰ ਕਢਾ ਦੇ ਬਈ, ਕੋਈ ਗੱਲ ਨਹੀਂ। ਥਾਣੇ ਦਾ ਜਿਹੜਾ ਹੱਥੀਂ ਚਵਾਈ ਵਾਲਾ ਮੁੱਠੀ ਵਾਲਾ ਥਣ ਬਹੁਤ ਵਧੀਆ ਕੱਢ ਲਿਆ ਝੋਟੀ ਨੇ, ਪਹਿਲਾ ਸੂਆ ਦੋਸਤੋ ਇਸ ਝੋਟੀ ਨੇ ਸੂਣਾ। ਜਿਹਨੂੰ ਪਸੰਦ ਆਵੇ, ਡਿਮਾਂਡ ਇਹਦੀ ਜਿਹੜੀ ਰੱਖੀ ਹੈ ਵੀਰ ਨੇ ਉਹ 1,15,000 ਰੁਪਈਆ ਉੱਪਰ ਹੈ, ਮਾਨ ਤਣ ਹੋਊਗਾ। ਉੱਧਰ ਨਹੀਂ ਤੋਰ ਲਾ ਬਈ, ਲੈ ਚੱਲੀ ਗੇੜਾ ਹੀ ਕਢਾ ਦੇਖ ਲੰਬਾ ਹੋਰ। ਸੋ ਤੁਸੀਂ ਦੇਖੋ ਦੋਸਤੋ ਇਹ ਪਹਿਲਾਂ ਝੋਟੀ, ਸੋਹਣੀ ਸਿਹਤ ਇਹਦੀ ਵੀਰ ਨੇ ਬਣਾਈ ਹੈ, ਚੰਗਾ ਸੰਭਾਲਿਆ ਇਹਨੂੰ। ਥਣ ਹਵਾਨਾ ਉਹ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ, ਇੱਦਾਂ ਦਾ ਦਿਖਾ ਰਹੀ ਹੈ ਹਜੇ ਹਜੇ ਟਾਈਮ ਇਹ ਲਊਗੀ, ਸੋ ਉਹਦੇ ਕਰਕੇ ਇਹ ਭਰੂਗੀ ਪੂਰਾ। ਸੋ ਜਿਹਨੂੰ ਇਹ ਝੋਟੀ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ, ਜਦੋਂ ਉੱਥੇ ਰੁਕਦੀ ਹੈ ਤਾਂ ਤੁਹਾਨੂੰ ਥਣ ਮੈਂ ਕੋਸ਼ਿਸ਼ ਕਰਨਾ, ਇੱਥੇ ਹੀ ਰੋਕ ਲਈ ਵੀਰੇ ਪੂਰਾ, ਮੈਂ ਤੁਹਾਨੂੰ ਥਣ ਕੋਸ਼ਿਸ਼ ਕਰਦਾ ਦੱਸੋ ਨੇੜੇ ਤੋਂ ਦਿਖਾਉਣ ਦੀ। ਹਵਾਨਾ ਪਛਾਣ ਨੂੰ ਵੀ ਕੱਢ ਰਹੀ ਹੈ ਉਹ, ਤੁਸੀਂ ਇੱਥੋਂ ਦੇਖ ਲਓ ਥਣ ਦਾ ਸਾਈਜ਼ ਦੱਸੋ, ਹੁਣ ਕਲੀਅਰ ਤੁਹਾਨੂੰ ਦਿਸ ਗਿਆ ਹੁਣ, ਲੈ ਚੱਲ ਬਈ ਬੰਨ ਦੇ ਅੰਦਰ। ਸੋ ਇਹ ਦੱਸੋ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਸੀਗੀ, ਪਹਿਲਾ ਸੂਆ ਸੁਣਦੀ ਹੈ, 4 ਦੰਦ ਉਮੀਦ ਇਹੀ ਹੈ ਕਿਉਂਕਿ ਇਹ ਚੈੱਕ ਦੰਦ ਵੀਰ ਨੇ ਦੇਖੇ ਨਹੀਂ। ਇਹ ਤੋਂ ਬਿਨਾਂ ਇੱਕ ਦੱਸੋ ਇੱਧਰ ਜਿੰਦਰਾ ਵੱਟਾਂ ਪਾਉਣ ਵਾਸਤੇ, ਨਾਲ ਕਰਾਹਾ, ਇਹ ਤੋਂ ਬਿਨਾਂ ਹਾਲ ਹੈ, ਮਸ਼ੀਨ ਹੈ, ਸੁਹਾਗਾ ਇੱਧਰ ਬਣਿਆ ਗਿਆ ਬਾਈ ਕੋਲ। ਇਹ ਇੱਥੇ ਤੁਸੀਂ ਸੰਦ ਜਿਹੜੇ ਖੜ੍ਹੇ ਆ ਉਹ ਦੇਖ ਸਕਦੇ ਹੋ, ਅਤੇ ਇਹਨਾਂ ਤੋਂ ਬਿਨਾਂ ਇੱਕ ਟਰਾਲੀ ਬਾਹਰ ਖੜ੍ਹੀ ਹੈ, ਉਹਦੇ ਬਾਰੇ ਵੀ ਆਪਾਂ ਉਹ ਵੀ ਦੇਖ ਲੈਂਦੇ ਹਾਂ। ਬਾਕੀ ਬਾਈਕ ਤੋਂ ਪੁੱਛਦੇ ਹਾਂ ਥੋੜ੍ਹਾ, ਖੇਤੀਬਾੜੀ ਵਾਲੇ ਸੰਦ ਫਿਰ ਨਵਜੋਤ ਬਾਈ ਵੇਚਣ ਦਾ ਰਾਤਾ? ਹਾਂ ਬਾਈ ਵੇਚਣੇ ਆ। ਛੱਡਤੀ ਖੇਤੀਬਾੜੀ ਫਿਰ ਕਿਹੜਾ, ਠੇਕੇ ਤੇ ਦੇਣ ਲੱਗ ਗਏ? ਹਾਂ ਠੇਕੇ ਦੇਣ ਲੱਗ ਗਏ ਵੀਰੇ। ਠੀਕ ਹੈ, ਤੇ ਸੰਦ ਉਹ ਬਿਲਕੁਲ ਨਵੇਂ ਪਏ ਆ ਗਏ, ਮਤਲਬ ਵੀ 2020 ਮਾਡਲ ਦੇ ਆ ਗਏ, ਮਤਲਬ 2 ਸਾਲ ਪਹਿਲਾਂ ਹੀ ਬਣਾਏ ਸੀ, ਬਹੁਤੇ ਤਾਂ ਫਿਰ ਅਜੇ ਇਹ ਵਰਤੇ ਨਹੀਂ। ਉਦਾਂ ਦੀ ਮਤਲਬ 1 ਸਾਲ ਕਈ ਸੰਦ ਤਾਂ ਆਇਆ ਵੀ ਇੱਕ ਵਾਰੀ ਵਾਹਣ ਵਾਹ ਕੇ ਤੇ ਉਦਾਂ ਦੇ ਉਵੇਂ ਪਏ। ਅੱਛਾ, ਉਵੇਂ ਹੁੰਦੇ। ਠੀਕ ਹੈ, ਕਰਾਈ ਹੈ, ਇਹ ਚ ਕਰਾਇਆ, ਹਾਲਾ ਸੁਹਾਗਾ ਗਾ। ਠੀਕ ਹੈ, ਤੇ ਬੀਜਦਾਣੀ ਮਸ਼ੀਨ ਆ, ਕਣਕ ਬੀਜ ਇਹ ਹੋ ਗਏ। ਠੀਕ ਹੈ, ਇਹਨਾਂ ਦਾ ਰੇਟ ਫਿਰ ਟਰਾਲੀ ਆ ਵੀ, ਇਹ ਰੇਟ ਬਈ ਇਹਨਾਂ ਦਾ ਫੋਨ ਤੇ ਕਰੂੰਗਾ, ਫੋਨ ਤੇ ਕਰਾਂਗੇ। ਟਰਾਲੀ ਦਾ ਸਾਈਜ਼ ਦੱਸ ਦੀ, ਵੈਸੇ ਵੀਡੀਓ ਚ ਦਿਖਾ, ਟਰਾਲੀ 12 ਫੁੱਟੀ ਹੋਈ, 12 ਫੁੱਟੀ। ਹਾਂਜੀ,
एक दोस्तों पठिया रेहड़ी जी ट्रैक्टर मगर पैंती है बाई ने उस तरह हुक वगैरा ला के बनाया वे ये भी वेचनी है। तो यह ट्राली तुम देख रहे हो नवा रंग किया वे नवी ट्राली जाली जुली बहुत सोहनी बाई ने उपर लाई भी है शौक न यह भी तैयार की है। यदा जोड़ा डाल दोस्तों सैड न खुलद फर्श अंदरों देखोगे तो यह भी मजबूत चादर की है नवी फर्श है। सो य सारा कुछ विकाऊ है जोड़ा कुछ तुम वीडियो दिखाता थोनू जी चीज चंकी लगे आके बाई ने गलबात करके खरीद ली शौक वाइया स्तंभ बनाए कराई यही है।